ਸੋ ਹੇ ਗਾਇਜ਼ ਵੈਲਕਮ ਬੈਕ ਟੂ ਸੋਨੀਆ ਠਾਕੁਰ ਵਲੌਗਸ। ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋ ਗਏ। ਹਾਂਜੀ ਮੈਂ ਬਹੁਤ ਵਧੀਆ, ਤੁਹਾਡੇ ਪਿਆਰ ਦੇ ਤੁਹਾਡੇ ਦੁਆ ਦੇ ਨਾਲ। ਸੋ ਮੇਰੇ ਸੱਜਣ ਮੇਰੇ, ਤੁਸੀਂ ਸੋਚ ਰਹੇ ਹੋਵੋਗੇ ਕਿ ਮੰਮੀ ਦੇ ਵਲੌਗ ਦੇ ਵਿੱਚ ਮੈਂ ਕੀ ਕਰਦਾ ਵਾਂ। ਕਿਉਂ ਨਹੀਂ ਕੁਝ ਕਰ ਸਕਦਾ, ਕਿਉਂਕਿ ਇਹ ਵੀ ਮੇਰਾ ਵੀ ਚੈਨਲ ਆ ਗਾਇਜ਼। ਇਹਦੇ ਵਿੱਚ ਮੈਂ ਤੁਹਾਨੂੰ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਦੇਣ ਆਇਆ ਵਾਂ, ਜਿਸ ਦੇ ਰਿਗਾਰਡਿੰਗ ਤੁਸੀਂ ਇਨਫੋਰਮੇਸ਼ਨ ਇਹ ਹੈ, ਦੁਪਹਿਰੇ 1 ਵਜੇ ਤੋਂ 2 ਵਜੇ ਦੇ ਵਿੱਚ ਇੱਕ ਵਲੌਗ ਆਏਗਾ ਮੰਮੀ ਦਾ, ਤੇ ਡੇਲੀ ਰੂਟੀਨ ਵਾਲਾ, ਤੇ ਇੱਕ ਸ਼ਾਮੀ 6 ਵਜੇ ਜੋ ਕਿ ਤੁਸੀਂ ਇਹ ਵਲੌਗ ਦੇਖਦੇ ਹੋ ਗਾਇਜ਼, ਇਹ 6 ਵਜੇ ਪੋਸਟ ਹੋਇਆ ਕਰੇਗਾ, ਜਿਹਦੇ ਵਿੱਚ ਆਪਾਂ ਤੁਹਾਡੇ ਸਾਰੇ ਦੇ ਪਿਆਰੇ ਪਿਆਰੇ ਕਮੈਂਟ ਪੜਾਂਗੇ। ਜਿੱਦਾਂ ਤੁਸੀਂ ਮੇਰੇ ਚੈਨਲ ਦੇ ਵਿੱਚ ਪਿਆਰ ਦਿੰਦੇ ਹੋ, ਉਦਾਂ ਤੁਸੀਂ ਮੰਮੀ ਦੇ ਚੈਨਲ ਦੇ ਵਿੱਚ ਪਿਆਰ ਦਿਓ, ਤੇ ਆਪਾਂ ਹੁਣ ਤਿਆਰ ਬਰ ਤਿਆਰ ਮੰਮੀ ਦੇ ਕਮੈਂਟ ਪੜਨ ਲਈ। 61 ਕਮੈਂਟ ਆਏ ਹੋਏ ਆ। ਸਭ ਤੋਂ ਪਹਿਲਾਂ ਕੀ ਹੋਇਆ? ਲੱਡੂ ਤਿਆਰ ਬਾਤ ਯਾਰ ਠਾ। ਅੰਸ਼ੂ ਫਸਟ ਸੋ ਸ਼ਾਈਨੇ ਜੀ ਦਾ ਪਹਿਲਾ ਕਮੈਂਟ ਹੈਗਾ, ਅੰਸ਼ੂ ਦਾ ਲੋਰਡ ਇਨਕ੍ਰੈਡੀਬਲ ਬ੍ਰੋ। ਥੈਂਕ ਯੂ ਯਾਰ, ਆਈ ਐਮ ਇਨਕ੍ਰੈਡੀਬਲ ਯਾਰ। ਅੱਛਾ ਮਤਲਬ ਮੇਰੀ ਵਾਲੀ ਸਾਈਡ ਤੇ ਵੀ ਆ ਕੇ ਅੰਸ਼ੂ ਦੀ ਤਾਰੀਫ ਲੋਰਡ। ਤਾਰੀਫ ਹੀ ਪਿਆਰੀ ਬੋਦਾ ਯਾਰ, ਪਿਆਰੀ ਬੋਦਾ ਕੀ ਕਰੀਏ। ਰਾਜਵੀਰ ਦਾ ਕਮੈਂਟ ਹੈ ਜੀ, ਹਾਰਟ ਭੇਜਿਆ। ਆਸ਼ੀ ਦਾ ਕਮੈਂਟ ਹੈਗਾ ਵਾ, ਕੋਟ ਪੈਂਟ ਘੱਟ ਹੀ ਮਿਲਦੇ ਹੁੰਦੇ ਆ ਰੈਂਟ ਤੇ, ਤੁਹਾਨੂੰ ਫੇਰ ਵੀ ਮਿਲ ਗਿਆ, ਬਹੁਤ ਵਧੀਆ ਗੱਲ ਆ, ਬਹੁਤ ਸਮਾਰਟ ਲੱਗ ਰਹੇ ਹੋ ਦੋਨੋਂ ਵੀਰੇ ਤੁਸੀਂ। ਪਹਿਲੀ ਗੱਲ ਤਾਂ ਰੈਂਟ ਤੇ ਨਹੀਂ ਲਿੱਤਾ ਆ, ਉਹ ਮੇਰਾ ਆਪਣਾ ਕੋਟ ਪੈਂਟ ਆ। ਮੇਰਾ ਕੋਟ ਪੈਂਟ ਕਿੱਥੇ ਗਿਆ? ਇਸ ਮੇਰਾ ਕੋਟ ਪੈਂਟ ਦਿਖਾਓ ਇਹਨਾਂ ਨੂੰ। ਅੰਦਰ ਹੈ ਉਹ ਗਾਈਜ਼, ਉਹ ਮੇਰਾ ਵਾ, ਹੁਣ ਡੋਨਟ ਵਰੀ ਹੋ ਜਾਓ, ਉਹ ਮੈਂ ਬਾਏ ਕਰ ਲਿਆ ਆ ਵਾ, ਰੈਂਟ ਤੇ ਨਹੀਂ। ਜਿਹੜਾ ਮੈਂ ਪਾਇਆ ਉਹ ਮੇਰਾ ਸੀ, ਮੈਂ ਰੈਂਟ ਰੂਮ ਵਾਲੀ ਚੀਜ਼ਾਂ ਨਹੀਂ ਵਰਤਦਾ। ਮੈਂ ਇਨਕ੍ਰੈਡੀਬਲ ਲੋਡ ਆ, ਮੈਂ ਇਹਦਾ ਛੋਟੇ ਮੋਟੇ ਚੀਜ਼ਾਂ ਥੋੜੀ ਵਰਤਾਂਗਾ। ਤੇ ਅੱਗੇ ਆਸ਼ੀਸ਼ ਜੀ ਦਾ ਫਿਰ ਤੋਂ ਕਮੈਂਟ ਹੈਗਾ ਵਾ, 45 ਮਿੰਟ ਅਗੋ, ਬਿਊਟੀਫੁਲ ਚੇਨ, ਬਿਊਟੀਫੁਲ ਗਿਫਟ, ਆਂਟੀ ਜੀ ਨੇ ਵਧੀਆ ਵਧੀਆ ਬਣਵਾਈ ਚੇਨ, ਥੈਂਕ ਯੂ ਸੋ ਮਚ। ਥੈਂਕ ਯੂ ਆਸ਼ੀ ਬੇਟੀ, ਥੈਂਕ ਯੂ ਸੋ ਮਚ। ਕਨਿਕਾ ਗਿਲ ਜੀ ਦਾ ਕਮੈਂਟ ਹੈ, ਨਾਈਸ ਵਲੌਗ ਮੈਮ, ਥੈਂਕ ਯੂ ਜੀ, ਥੈਂਕ ਯੂ ਬੇਟਾ ਸੋ ਮਚ। ਮਨਪ੍ਰੀਤ ਕੌਰ ਜੀ ਦਾ ਕਮੈਂਟ ਹੈ, ਨਾਈਸ ਵਲੌਗ ਮੈਮ, ਵਾਹਿਗੁਰੂ ਜੀ ਤੁਹਾਡੀ ਸਾਰੀ ਫੈਮਿਲੀ ਤੇ ਮਿਹਰ ਕਰੇ, ਥੈਂਕ ਯੂ ਸੋ ਮਚ। ਦਿਲਮੀਤ ਜੀ ਦਾ ਕਮੈਂਟ ਹੈਗਾ ਵਾ, ਸੋ ਸਵੀਟ ਮਾਂ, ਤੁਸੀਂ ਸੱਚੀ ਰੱਬ ਹੋ, ਕਿਸਮਤ ਵਾਲੇ ਨੇ ਅੰਸ਼ੂ ਅੰਕੂ ਯਾਦ ਵੀ ਜਿਨ੍ਹਾਂ ਕੋਲ ਤੁਸੀਂ ਹੋ, ਐਦਾਂ ਹੀ ਹੱਸਦੇ ਵਸਦੇ ਰਹੋ, ਮੇਰੀ ਉਮਰ ਵੀ ਤੁਹਾਨੂੰ ਲੱਗ ਜਾਵੇ, ਲਵ ਯੂ ਮਾਂ। ਲੱਡੂ ਬਹੁਤ ਤੰਗ ਕਰਦਾ ਮੈਨੂੰ। ਥੈਂਕ ਯੂ ਸੋ ਮਚ ਯਾਰ, ਇੰਨਾ ਪਿਆਰ ਦੇਣ ਲਈ, ਲਾਈਕ ਰੋਟੀ ਖਾਣ ਵਾਲੇ ਵੀ ਤੁਸੀਂ ਸਾਨੂੰ ਦੇਖਦੇ ਹੋ, ਲਾਈਕ ਵਾਓ ਯਾਰ। ਮੰਮਾ ਜੀ ਤੁਸੀਂ ਡਰੈਸ ਕਿੱਥੋਂ ਬਾਏ ਕੀਤੀ ਹੈ, ਪਲੀਜ਼ ਦੱਸੋ ਕਿਹੜੀ ਡਰੈਸ। ਬਲੈਕ ਵਾਲਾ ਪਾਇਆ ਕੋਟ ਸੈੱਟ। ਬੇਟਾ ਜੀ ਤੁਸੀਂ ਇੰਸਟਾ ਚਲਾਉਂਦੇ ਹੋ ਨਾ, ਉਹਦੇ ਵਿੱਚ ਤੁਸੀਂ ਨੋਰਮਲ ਡਰੈਸਿਸ ਚਲਦੀ ਪਈ ਆ, ਉਹ ਵਾਲੀ ਤੁਸੀਂ ਇੱਥੋਂ ਮਰਜ਼ੀ ਬਾਏ ਕਰ ਸਕਦੇ ਹੋ। ਮੈਂ ਵੀ ਆਨਲਾਈਨ ਹੀ ਕਿਤੋਂ ਮੰਗਵਾਈ ਸੀ, ਮੈਨੂੰ ਯਾਦ ਨਹੀਂ ਹੈਗਾ, ਕਾਫੀ ਮੈਂ 2 ਮਹੀਨੇ ਹੋ ਗਏ ਮੰਗਵਾਈ ਹੋਈ, ਵੀਅਰ ਮੈਂ ਹੁਣ ਕੀਤੀ ਹੈ। ਜਸ਼ਨਪ੍ਰੀਤ ਕੌਰ, ਗੋਡ ਬਲੈਸ ਯੂ ਫੈਮਿਲੀ, ਸੋਨੀਆ ਮਾ ਤੁਸੀਂ ਬਹੁਤ ਕਿਊਟ, ਅੰਸ਼ੂ ਦੀ ਲੋਰਡ ਬੈਸਟ ਬ੍ਰੋ, ਅੰਕੂ ਬ੍ਰੋ ਯੂ ਆਰ ਦੀ ਕਿਊਟੈਸ, ਯਾਦਵੀ ਗੋਡ ਬਲੈਸ ਯੂ, ਲਵ ਯੂ ਆਲ। ਸਾਰੇ ਲਈ ਇੰਨੇ ਪਿਆਰੇ ਪਿਆਰੇ ਕੰਪਲੀਮੈਂਟ ਕਰਨ ਲਈ ਬਹੁਤ ਬਹੁਤ ਥੈਂਕ। ਤੁਹਾਡੇ ਵਲੌਗਸ ਬਹੁਤ ਵਧੀਆ ਹੁੰਦੇ ਨੇ ਮਾ, ਤੁਹਾਨੂੰ ਹਰ ਰੋਜ਼ ਕਮੈਂਟਸ ਕਰਦੀ ਆ, ਬਟ ਤੁਸੀਂ ਮੇਰਾ ਰਿਪਲਾਈ ਨਹੀਂ ਕਰਦੇ। ਮੈਨੂੰ ਤੁਹਾਡੇ ਵਲੌਗਸ ਬਹੁਤ ਵਧੀਆ ਲੱਗਦੇ ਨੇ, ਯਾਦਵੀ ਦੀ ਤੁਸੀਂ ਬਹੁਤ ਕਿਊਟ ਆ, ਤੁਹਾਡਾ ਕਮੈਂਟ ਰਿਪਲਾਈ ਹੋ ਗਿਆ ਜੀ, ਥੈਂਕ ਯੂ ਸੋ ਮਚ ਬੇਟਾ, ਗੋਡ ਬਲੈਸ ਯੂ, ਐਦਾਂ ਹੀ ਪਿਆਰੇ ਪਿਆਰੇ ਕਮੈਂਟ ਰੋਜ਼ ਕਰਿਆ ਕਰੋ, ਥੈਂਕ ਯੂ। ਅਗਲਾ ਕਮੈਂਟ ਹੈਗਾ ਅਨਮੋਲ ਸ਼ਰਮਾ ਜੀ ਦਾ, ਯੂ ਆਰ ਲਾਈਕ ਮਦਰ ਟੂ ਅਸ, ਆਪ ਹੱਥ ਤੋੜੋ ਪਲੀਜ਼, ਸਭ ਲੋਕ ਵੈਸੇ ਹੀ ਅੰਕੂ ਭਈਆ ਕੋ, ਅੰਸ਼ੂ ਭਈਆ ਕੋ, ਦੋਨੋਂ ਕੋ ਸਪੋਰਟ ਕਰੇਂਗੇ, ਹਮ ਸਭ ਆਪਕੇ ਬੱਚੇ ਹੀ ਹੈ, ਸੋ ਮਾਂ ਟੂ ਬੱਚੋਂ ਕੋ ਆਰਡਰ ਦੇਤੇ ਹੈ, ਰਿਕੁਐਸਟ ਨਹੀਂ ਕਰਤੇ, ਆਪ ਆਗੇ ਸੇ ਹੱਥ ਮਤ ਜੋੜਨਾ, ਲਵ ਯੂ ਆਲ। ਥੈਂਕ ਯੂ ਬੇਟਾ ਅਨਮੋਲ ਬੇਟਾ, ਥੈਂਕ ਯੂ ਸੋ ਮਚ। ਲੇਕਿਨ ਹਰ ਕਿਸੇ ਦੀ ਮੋਰੈਲਿਟੀ ਤੁਹਾਡੇ ਵਾਂਗ ਨਹੀਂ ਹੈਗੀ, ਬਿਲਕੁਲ ਹਰ ਕਿਸੇ ਦੀ ਸੋਚ ਤੁਹਾਡੇ ਵਾਂਗ ਨਹੀਂ ਹੈਗੀ, ਤੁਹਾਡੀ ਸੋਚ ਬਹੁਤ ਅੱਛੀ ਹੈ, ਰੱਬ ਤੁਹਾਨੂੰ ਬਹੁਤਾ ਦੇਵੇ, ਤੁਸੀਂ ਹੱਸਦੇ ਵਸਦੇ ਰਹੋ, ਇਹ ਮੇਰੇ ਵੱਲੋਂ ਤੁਹਾਨੂੰ ਬਲੈਸਿੰਗਸ ਹੈ, ਬਾਕੀ ਥੈਂਕ ਯੂ ਫੋਰ ਦੀ। ਹਰਜਿੰਦਰ ਜੀ ਦਾ ਕੀ ਹੋਇਆ, ਕਿੱਥੇ ਕਰਦਾ ਕਿੱਚੀ ਕਰ ਦੋ। ਹਰਜਿੰਦਰ ਜੀ ਦਾ ਕਮੈਂਟ ਹੈਗਾ ਵਾ, ਯੂ ਆਲ ਆਰ ਲੁਕਿੰਗ ਆਊਟਸਟੈਂਡਿੰਗ ਐਂਡ ਸੋ ਸਮਾਰਟ ਇਨ ਦੋ ਸੂਟਸ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਅਰਮਾਨ ਭਾਈ ਲੁਕਿੰਗ ਅੱਗੇ ਅੱਧਾ ਕਰਤਾ ਉਹਨਾਂ ਨੇ, ਸੁਪਰਬ ਸੁਪਰਬ, ਗੋਡ ਬਲੈਸ ਯੂ ਆਲਵੇਸ। ਯੂਜ਼ਰ ਨੇ ਕਮੈਂਟ ਕੀਤਾ ਵਾ, ਥੈਂਕ ਯੂ ਸੋ ਮਚ। ਅੱਗੇ ਫਿਰ ਯੂਜ਼ਰ ਨੇ ਹੀ ਕਮੈਂਟ ਕੀਤਾ ਹੋਇਆ ਵਾ, ਆਂਟੀ ਜੀ ਕਿਤਨੇ ਗ੍ਰਾਮ ਕੀ ਹੈ ਔਰ ਕਿਤਨੇ ਕੀ ਹੈ, ਪਲੀਜ਼ ਬਤਾਨਾ ਜ਼ਰੂਰ। ਬੇਟਾ ਜੀ ਪਹਿਲੀ ਗੱਲ ਤੇ ਇਹ ਮੈਂ ਆਖਾਂ, ਚੇਨ ਹੈ 2 ਤੋਲੇ ਦੀ, ਬਟ ਕਿੰਨੇ ਦੀ ਹੈ ਕੀ ਹੋਇਆ ਇਹ ਨਜ਼ਰ ਲੱਗਦੀ ਹੈ, ਇਹ ਚੀਜ਼ ਨਹੀਂ ਮੈਂ ਦੱਸ ਸਕਦੀ, ਬਟ 2 ਤੋਲੇ ਤੁਸੀਂ ਆਪਾਂ ਗੈਸ ਕਰ ਲਓ। ਨਿਸ਼ਤਾ ਜੀ ਦਾ ਕਮੈਂਟ ਹੈਗਾ ਵਾ, ਦਿਲ ਸੇ ਬਹੁਤ ਸਾਰਾ ਪਿਆਰ ਐਂਡ ਰਿਸਪੈਕਟ ਹੈ, ਆਪ ਪੂਰੀ ਫੈਮਿਲੀ ਕੇ ਲੀਏ, ਆਪ ਸਭ ਬਹੁਤ ਮਿਹਨਤ ਕਰਤੇ ਹੋ, ਲਵ ਯੂ ਆਲ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਸ੍ਰਿਸ਼ਟੀ ਲੋੜ ਅੰਚੂ ਔਰ ਲੋੜ ਅੰਕੂ ਦੋਨੋਂ ਬਹੁਤ ਕਿਊਟ ਲੱਗ ਰਹੇ ਹੈ, ਤਿਆਰ ਹੋ ਕੇ, ਥੈਂਕ ਯੂ ਸੋ ਮਚ। ਪਰ ਇਹਦਾ ਮੂੰਹ ਦੇਖੋ ਕਿੱਡਾ ਵੱਡਾ ਵਾ, ਕਿ ਮੇਰੇ ਇਹ ਮੂੰਹ ਦੇਖਣ ਨੂੰ ਦਰਸਦੇ ਪਏ ਆ। ਓ ਅੱਛਾ,
अम्मू जी का कमेंट है गवा द लॉर्ड अंशु भी तो मेहनत करता है, आंटी जी प्लीज उनके लिए भी सरप्राइज बनता है। बेटा अंशु ते भी सरप्राइज बनता, बट अंशु दा सरप्राइज पता की होना है ਉਹ ਜਦੋਂ ਦਾ ਬੇਬੀ ਆ ਜਾਏਗਾ ਨਾ ਉਹਨੂੰ ਉੱਪਰ ਪਤਾ ਚੱਲ ਜਾਏਗਾ ਕਿਉਂਕਿ ਕੁਝ ਨਹੀਂ ਬੇਬੀ ਆਏ ਮੈਨੂੰ ਪੀਰ ਸਾਹਿਬ ਲਿਆ ਦੀ ਇਹੀ ਦੇਣਾ ਹੈ ਮੈਂ ਸਰਪ੍ਰਾਈਜ਼ ਨੂੰ ਤੇ ਸੱਚੀ ਆਖੋ ਨਾ ਅੰਸ਼ੂ ਨੂੰ ਗੋਲਡ ਅੰਕੂ ਮੇਰੇ ਨੂੰ ਗੋਲਡ ਦਾ ਸ਼ੌਕ ਹੈ ਉਹਨੂੰ ਅੱਛਾ ਲੱਗਦਾ ਚੇਨ ਬ੍ਰੇਸਲੇਟ ਵਗੈਰਾ ਮੈਂ ਦੱਸਦਾ ਗਾਇਜ਼ ਐਕਚੁਅਲੀ ਗਾਇਜ਼ ਮੈਂ ਹੈਗਾ ਮੈਂ ਗੋਲਡ ਲਵਰ ਮੈਨੂੰ ਰਿੰਗਸ ਚੈਨ ਬ੍ਰੇਸਲੇਟ ਵਗੈਰਾ ਸਭ ਕੁਝ ਬਹੁਤ ਵਧੀਆ ਲੱਗਦਾ ਵਾ ਪਰ ਜਿਹੜਾ ਅੰਸ਼ੂ ਹੈ ਨਾ ਸਾਡਾ ਇਹਨੂੰ ਗੇਮਾਂ ਲੈਪਟਾਪ ਫੋਨ ਸ਼ੋਨ ਬਸ ਇਹਦਾ ਸ਼ੌਕ ਹੈ ਤੇ ਬਸ ਇਹਨੇ ਇਹਦੇ ਜੋਗਾ ਹੀ ਰਹਿਣਾ ਵਾ ਸੋਚਿਆ ਮੈਂ ਤਾਂ ਸੋਚਿਆ ਕਿ ਅੰਸ਼ੂ ਨੂੰ ਜਾਂ ਮੈਂ ਲੈਪਟਾਪ ਲੈ ਕੇ ਦਵਾਂਗੀ ਦਾਦੀ ਮੰਮਾ ਨੂੰ ਕਹੀਏ ਮੈਨੂੰ ਨਾ PS5 ਖੇਡਣ ਦਾ ਬੜਾ ਸ਼ੌਕ ਆ ਤੁਸੀਂ ਜਦੋਂ ਲੈ ਲੋਗੇ ਨਾ ਤੁਸੀਂ ਮੈਨੂੰ ਆਪੇ ਖੇਡ ਕੇ ਸਿਖਾਈਓ ਕਿ ਕਿੱਦਾਂ ਖੇਡਦਾ ਗਾ ਮੇਰੇ ਸਭ ਤੋਂ ਜਾਂਦਾ ਡੇਲੀ ਮੈਂ ਕੀ ਕਹਾਂ ਮੈਂ ਮੰਮੀ ਦਾ ਬੰਦਾ ਨਾ ਲੈਣਾ ਨਾ ਬੱਚੇ ਦੀ ਖੁਸ਼ੀ ਸੋ ਮੈਂ ਸੋਚਿਆ ਸੀ ਤੈਨੂੰ ਇਹ ਗਿਫਟ ਕਰਦਾ ਤੇ ਇਹਦੇ ਵਾਸਤੇ ਮੈਂ ਉਹ ਸੋਚਿਆ ਆ ਸ਼ਾਇਦ ਹੋ ਸਕਦਾ ਮੈਂ 2-4 ਦਿਨ ਬਾਅਦ ਸ਼ਾਇਦ ਹੋ ਸਕਦਾ 15 ਦਿਨ ਬਾਅਦ ਮੈਂ ਪਹਿਲਾਂ ਕੁੜੀ ਵਾਲਾ ਕੰਮ ਕਾਲਾ ਗੋਦ ਭਰਾਈ ਦਾ ਉਸ ਤੋਂ ਬਾਅਦ ਲੈ ਕੇ ਦੇਣਾ ਅੱਗੇ ਹੈਗਾ ਵਾ ਅੰਸ਼ੂਲ ਦਾ ਕਮੈਂਟ ਹੈਗਾ ਵਾ ਸੋ ਸਵੀਟ ਫੈਮਿਲੀ ਲਵ ਯੂ ਮਾਂ ਆਪਕੀ ਫੈਮਿਲੀ ਬਹੁਤ ਕਿਊਟ ਹੈ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਵੰਸ਼ਿਕਾ ਕਪੂਰ ਜੀ ਦਾ ਕਮੈਂਟ ਹੈਗਾ ਵਾ ਭਈਆ ਜੋਤੀ ਚੌਂਕ ਸੇ ਨਹੀਂ ਮਿਲਤੇ ਹੈ ਕੋਟ ਪੈਂਟ ਮਿਲਤੇ ਹੈ ਜਾਗੋ ਸੌਂਗ ਚੌਂਕ ਸੇ ਜਾਗੋ ਚੌਂਕ ਸੇ ਸੌਂਗ ਲਿਖਿਆ ਹੈ ਬੇਟਾ ਤੁਹਾਡੇ ਕੋ ਗਲਤੀ ਹੋ ਗਈ ਹੈ ਉੱਥੇ ਦੀ ਸੌਂਗ ਲਿਖਿਆ ਤੁਹਾਨੂੰ ਪੜਨ ਚ ਪ੍ਰੋਬਲਮ ਹੁੰਦੀ ਹੈ ਉੱਥੇ ਲਿਖਣਾ ਚੌਂਕ ਜਾਗੋ ਚੌਂਕ ਸੇ ਸੋ ਸਾਨੂੰ ਇਹ ਪਹਿਲੀ ਗੱਲ ਜਾਗੋ ਚੌਂਕ ਦਾ ਨਹੀਂ ਪਤਾ ਕਿਉਂਕਿ ਯਾਰ ਆਪਾਂ ਕਦੀ ਰੈਂਟ ਤੇ ਲਈ ਨਹੀਂ ਜੀ ਇਹ ਤਾਂ ਮੈਂ ਉਦਾਂ ਹੀ ਕਿਉਂਕਿ ਮੈਂ ਬਸ ਇੱਕਦਮ ਨਾਲ ਸਾਡਾ ਹੋਇਆ ਨਾ ਕਿ ਸਾਰੇ ਆਲਰੇਡੀ ਪਾਏ ਹੋਏ ਨੇ ਆ ਤੇ ਫਿਰ ਮੈਂ ਸੋਚਿਆ ਮੈਂ ਕਿ ਰੈਂਟ ਤੇ ਲਿਆਣਾ ਕਿਉਂਕਿ ਮੈਂ ਅੱਧੇ ਘੰਟੇ ਲਈ ਤਾਂ ਵੇਅਰ ਕਰਨਾ ਸੀਗਾ ਸੁਣਿਆ ਹੁਣ ਮੈਂ ਆਪਣਾ ਹੀ ਲੈ ਆਇਆ ਵਾਂ ਮਮਾ ਮੈਨੂੰ ਲਾਡੀ ਲਾਡੀ ਕਰ ਉਹ ਰੋਣ ਲੱਗ ਪਣਾ ਰਿਹਾ ਕਿ ਸਾਡੇ ਪਰ ਮਮਾ ਵੇ ਪ੍ਰਿੰਕਾ ਜੀ ਦਾ ਕਮੈਂਟ ਹੈ ਵੈਰੀ ਵੈਰੀ ਨਾਈਸ ਵਲੌਗ ਰੱਬ ਮਿਹਨਤ ਦਾ ਫਲ ਜ਼ਰੂਰ ਦਿੰਦਾ ਹੈ ਮੇਰਾ ਇੱਕ ਕੁਐਸਚਨ ਹੈ ਕਿ ਅੰਸ਼ੂ ਨੇ ਬਾਹਰ ਕਦੋਂ ਜਾਣਾ ਅੰਸ਼ੂ ਨੇ ਹੁਣ ਉਹਦੀ ਵਾਈਫ ਇਸ ਹਾਲਤ ਵਿੱਚ ਹੈ ਤਾਂ ਉਹਨੂੰ ਮੈਂ ਬਾਹਰ ਭੇਜ ਦਾਂਗੀ ਤੇ ਉਹਦੀ ਇਹ ਹਾਲਤ ਹੈ ਇਸ ਹਾਲਤ ਵਿੱਚ ਥੋੜਾ ਨਾ ਮੈਂ ਉਹਨੂੰ ਆਖਾਂਗੀ ਤੂੰ ਆਪਣੀ ਵਾਈਫ ਤੋਂ ਦੂਰ ਹੋ ਜਾ ਇਹ ਹੁਣ ਇਹ ਤੇ ਹੈ ਨਹੀਂ ਕਿ ਜਾਏਗਾ ਤੇ ਫਿਰ ਦੁਬਾਰਾ ਜਲਦੀ ਜਲਦੀ ਵਾਪਸ ਆ ਜਾਏਗਾ ਸੋ ਇਸ ਕਰਕੇ ਪਹਿਲਾਂ ਯਾਦਵੀ ਦਾ ਪ੍ਰੋਪਰ ਆਪਣਾ ਬੇਬੀ ਦੇਖੇ ਆਪਣੀ ਵਾਈਫ ਨੂੰ ਟਾਈਮ ਦੇਵੇ ਉਸ ਤੋਂ ਬਾਅਦ ਪੂਰੀ ਉਮਰ ਇਹ ਕਮਾਈ ਕਰਨੀ ਪੂਰੀ ਬਾਕੀ ਵੈਸੇ ਵੀ ਇਹ ਕਿਹੜੇ ਵਿਹਲੇ ਬੈਠੇ ਆ ਮਿਹਨਤ ਕਰਦੇ ਹੀ ਪਏ ਆ ਨਾ ਸੋ ਜਦੋਂ ਇਧਰੋਂ ਫ੍ਰੀ ਹੋ ਜਾਗੇ ਬੇਬੀ ਆ ਜਾਏਗਾ ਅੱਛਾ ਠੀਕ ਹੈ ਨਾ ਫਿਰ ਅੱਗੇ ਸੋਚੋ ਸਮਰਕਨ ਇਹਨਾਂ ਦਾ ਕਮੈਂਟ ਹੈਗਾ ਵਾ ਕਿ ਆਪਕੋ ਇੱਕ ਬਾਤ ਕਹਿਣੀ ਹੈ ਪਹਿਲੀ ਅੰਕੂ ਵੀਰ ਬਹੁਤ ਮਿਹਨਤ ਕਰ ਰਹੇ ਹੈ ਉਹਨੇ ਉਨ੍ਹਾਂ ਦਾ ਫਲ ਜ਼ਰੂਰ ਮਿਲੇਗਾ ਦੂਸਰੀ ਬਾਤ ਆਪ ਸਭ ਬਹੁਤ ਅੱਛੇ ਹੋ ਰਬ ਆਪਕੋ ਚੜ੍ਹਦੀ ਕਲਾ ਵਿੱਚ ਰੱਖੇ ਦਿਲ ਸੇ ਦੁਆ ਹੈ ਥੈਂਕ ਯੂ ਸੋ ਮਚ ਥੈਂਕ ਯੂ ਐਦਾਂ ਹੀ ਇਹ ਤੁਹਾਡੀਆਂ ਦੁਆਵਾਂ ਹੀ ਸ਼ਾਇਦ ਸਾਨੂੰ ਲੱਗਦੀਆਂ ਪਈਆਂ ਕਿ ਪਰਮਾਤਮਾ ਹਰ ਚੀਜ਼ ਠੀਕ ਰੱਖਦਾ ਪਿਆ ਸਭ ਸਾਰੇ ਹੱਸਦੇ ਖੇਡਦੇ ਰਹਿੰਦੇ ਨੇ चार्जर एक हेडफोन एक पौड़ा डब्बा एक फिंगर स्लीप एक एक्सटेंशन बोर्ड ओदा फोन ते ओदे हेडफोन बिकॉज़ बहुत ज्यादा तगड़ा पबजी प्लेयर है ते बहुत ज्यादा तगड़ा पबजी लवर है ठीक है ते इस करके ओनु लाइक शौक हो बैग दे सारा समान पा जिथे मिल मिल के मौका मिल गया बस आप बेचारा सैड है थोड़ा जा चल कोई नहीं परमात्मा हर चीज हल करता अंकिता राजपूत मां इज सो ग्रेट लव यू मां थैंक यू सो मच आपकी जैसी माँ और सास भी आपके जैसी ही मिले आप बहुत केयरिंग सपोर्टिव और लविंग हो गॉड ब्लेस यू यादवी दी हमें बस बेबी का वेट है कब आएगा हम कब उसको व्लॉग में देखेंगे कितना क्यूट है तू रा सूट तूने कितना वेट मुझे भी बहुत ज्यादा वेट है अभी इतना टाइम निकल गया लेकिन जो लास्ट वाला ए वाले ये जेड़ा वो गल ना जदे काली हुंदी ना मतलब कुछ टाइम ऐदा दे हुंदे जिदा मैं जिल च कोई चीज दी वेट हुंदी है ना फिर एक एक मिनट भी निकलता उस चीज दे बिना लाइक जे ओहनु पता की चीज आ लगी फिर काली पेंदी जल्दी हो गई यार सो अज आपा तुसी देख ही लिया हुण अंकू दे व्लॉग्स विच कि अज स्कैन करण गए दे सी बेबी दा क्यूट जे फेस देखिया और बेबी दी नोज़ इदा आ सारे अंकू नु कहंदे पे अंकू तेरे ते आ
ਬੇਬੀ ਦੇ ਨਾਲ ਲਿਪਸ ਸਿੱਧਾ ਕਮੀ ਕੀ ਹੈ ਮੇਰੀ ਨੱਕ ਚ ਮੇਰੀ ਨੱਕ ਚ ਕਮੀ ਕੀ ਹੈ ਮੇਰਾ ਹੀਰਾ ਤੇ ਬਸ ਫਿਰ ਉਹ ਵੀ ਹੀਰਾ ਹੀ ਹੋਣਾ ਜਾਂ ਹੀਰ ਨਹੀਂ ਹੋਣੀ ਹੈ ਸੋ ਉਹਦੇ ਲਿਪਸ ਸ਼ੇਪ ਪੂਰੀ ਮੈਨੂੰ ਯਾਦ ਵੀ ਲੇਖਾ ਲੱਗੀ ਸੋ ਆਪਾਂ ਤੇ ਮੈਂ ਤੇ ਜਿੱਦੋਂ ਤੋਂ ਬੈਠਦੀ ਪਈ ਹਾਂ ਨਾ ਮੈਨੂੰ ਚਿਹਰਾ ਸਾਹਮਣੇ ਲੱਗਦਾ ਪਿਆ ਇਮੇਜਿਨ ਕਰਦੀ ਪਈ ਮੈਂ ਕਿੱਦਾਂ ਦਾ ਹੋਏਗਾ ਜਾਂ ਹੋਏਗੀ ਲੇਕਿਨ ਕਿਊਟ ਜਿਹਾ ਬੇਬੀ ਫਟਾਫਟ ਮੇਰੇ ਹੱਥਾਂ ਦੇ ਆ ਜੇ ਔਰ ਹੈਲਦੀ ਹੋਏ ਇਹ ਵੀ ਹੈਲਦੀ ਹੋਏ ਤੇ ਮੈਂ ਤੇ ਕਹਿੰਦੀ ਨਾਲ ਲਾ ਲਈ ਇੱਕ ਖੁਸ਼ੀ ਹੋਰ ਹੋ ਜੇ ਵੀ ਰੰਕੂ ਦਾ ਵੀ ਵਿਆਹ ਹੋ ਜੇ ਅੱਗੇ ਪਰਮਾਤਮਾ ਪਰ ਬਾਬੀ ਤੁਸੀਂ ਹੁਣ ਗਿਆ ਲੱਖ ਦੇ ਹੋਣਾ ਲੱਖ ਤੋਂ ਪਹਿਲਾਂ ਨਹੀਂ ਹੋਣਾ ਚਾਹੀਦਾ ਤੇ ਲੱਖ ਦੇ ਹੀ ਹੁਣ ਮੈਂ ਲੱਖ ਦਾ ਕਿੱਦਾਂ ਮੈਂ ਕਿੱਦਾਂ ਕਰਾਂ ਉਹ ਤੇ ਇਹੀ ਸਾਰੇ ਕਰਨਗੇ ਨਾ ਬਿਲਕੁਲ ਲੱਖ ਤੇ ਸਾਰੇ ਕਰਨਗੇ ਨਾ ਅੱਜ ਲਈ ਗਾਇਸ ਇੰਨੇ ਹੀ ਕਮੈਂਟ ਮੈਂ ਰੀਡ ਕਰਾਂਗੀ ਕਿਉਂਕਿ ਫਸਟ ਵਲੌਗ ਹੈ ਮੇਰਾ ਇਹ ਵਾਲਾ ਇਹ ਵਾਲੀ ਵੀਡੀਓ ਨੂੰ ਤੁਸੀਂ ਕਿੰਨਾ ਪਿਆਰ ਦਿੰਦੇ ਹੋ ਉਹ ਮੈਂ ਦੇਖਾਂਗੀ ਅਗਰ ਅੱਛਾ ਪਿਆਰ ਮਿਲਿਆ ਮੈਨੂੰ ਫਿਰ ਮੈਂ ਦੁਬਾਰਾ ਹੋਰ ਮਿਹਨਤ ਕਰਾਂਗੀ ਕਿਉਂਕਿ ਮੇਰੇ ਵਾਸਤੇ ਨਾ ਸੌਖਾ ਨਹੀਂ ਹੈਗਾ ਕਿ ਦੋ ਦੋ ਵਲੌਗ ਅੰਕੂ ਹੀ ਮਿਹਨਤ ਕਰ ਸਕਦਾ ਮੇਰੇ ਵਾਸਤੇ ਦੀ ਗੱਲ ਨਹੀਂ ਹੈਗੀ ਹੁਣ ਅੱਜ ਦਾ ਵਲੌਗ ਅੱਛਾ ਲੱਗਿਆ ਤਾਂ ਲਾਈਕ ਮੈਂ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਮੈਨੂੰ ਸਿਰਫ ਇੱਕ ਵਾਰੀ ਮੈਂ ਦੇਖ ਲਾਂ ਕਿ ਅਗਰ ਤੁਸੀਂ ਇਹ ਵਲੌਗ ਨੂੰ ਦੇਖਣਾ ਪਸੰਦ ਕਰਦੇ ਹੋ ਇਹਨੂੰ ਪਿਆਰ ਦਿੰਦੇ ਹੋ ਫਿਰ ਮੈਂ ਰੁਟੀਨ 'ਚ ਰੱਖਾਂਗੀ ਅਗਰ ਮੈਨੂੰ ਪਿਆਰ ਨਹੀਂ ਮਿਲਿਆ ਮੈਨੂੰ ਹੋਏਗਾ ਕਿ ਨਹੀਂ ਤੁਹਾਨੂੰ ਨਹੀਂ ਅੱਛਾ ਲੱਗਿਆ ਫਿਰ ਮੈਂ ਨਹੀਂ ਬਣਾਵਾਂਗੀ ਫਿਰ ਉਹੀ ਸਵੇਰੇ ਜਿਹੜਾ 1 ਵਜੇ ਜਾਂ 2 ਵਜੇ ਜਿਹੜਾ ਦੁਪਹਿਰ ਨੂੰ ਪੋਸਟ ਹੁੰਦਾ ਫਿਰ ਉਹੀ ਵਲੌਗ ਰਹੇਗਾ 20 ਆ ਵਿਊ ਕਿਤਨੀ ਆ 20 ਆ ਵਿਊ ਸਵਾਲ ਹੀ ਕਰਾਂਗਾ ਸ਼ਰਤ ਲੱਗ ਗਈ ਫਿਰ ਲੱਗ ਗਈ ਵੀ ਸ਼ਰਤ ਨਹੀਂ ਆ ਚੁੱਪ ਨਾ ਮੰਮੀ ਚਲੋ ਹੋ ਗਈ ਗਾਇਸ 20 ਆ ਵਿਊ ਤੇ 1 ਆ ਲਾਈਕ ਆ ਤਿਆਰ ਹੋ ਤਿਆਰ ਹੋ ਜਲਦੀ ਕਰ ਦੋ ਸਵਾਲ ਨਹੀਂ ਪਤਾ ਹੁੰਦਾ ਸੋ ਗਾਇਸ ਆਪਣਾ ਪਿਆਰ ਬਣਾ ਕੇ ਰੱਖੋ ਆਪਣੀ ਬਲੇਸਿੰਗਸ ਇਦਾਂ ਹੀ ਬਣਾ ਕੇ ਰੱਖੋ ਯਾਦਵੀ ਨੂੰ ਮੇਰੀ ਫੈਮਿਲੀ ਨੂੰ ਬਹੁਤ ਨੀਡ ਹੈ ਤੁਹਾਡੇ ਸਾਰੇ ਬਲੇਸਿੰਗਸ ਦੀ ਸੋ ਥੈਂਕ ਯੂ ਸੋ ਮੱਚ ਲਵ ਯੂ ਟੂ ਆਲ ਗੋਡ ਬਲੇਸ ਯੂ ਸੋ ਗੁੱਡ ਨਾਈਟ ਤੇ ਕਹਿ ਨਹੀਂ ਸਕਦੀ ਵਲੌਗ ਸ਼ਾਮ ਨੂੰ ਆਣਾ ਸੋ ਗੁੱਡ ਈਵਨਿੰਗ ਟੇਕ ਕੇਅਰ ਬਾਏ